ਮਿੱਟੀ ਦਾ ਕਲਬੂਤ ਬਣਾਇਆ ਤੇ ਤੂੰ ਵਿੱਚ ਵੜ ਬੈਠਾ ਆਪੇ ਆਪੀ ਧੀਆਂ ਤੂੰ ਆਪੀ ਪੁੱਤਰ ਤੇ ਤੂੰ ਆਪੀ ਬਣ ਗਿਆ ਮਾਪੇ ਆਪੀ ਜੰਮਦਾ ਤੂੰ ਆਪੀ ਮਰਦਾ ਤੇ ਤੂੰ ਆਪੀ ਕਰੇ ਸਿਆਪੇ ਦੱਸ ਬੁੱਲਿਆ ਕੀ ਜਾਤ ਹੈ ਤੇਰੀ ਉਹ ਤੂੰ ਤੇ ਹਰ ਹਰ ਦੇ ਵਿੱਚ ਜਾਪੇ ਤੂੰ ਤੇ ਹਰ ਹਰ ਦੇ ਵਿੱਚ ਜਾਪੇ ਬੰਦਿਆ ਲੁਟੇਰੇ ਲੁੱਟ ਲੈਣਗੇ ਗੁਰਾਂ ਦੀ ਰਜਾ ਚ ਸਦਾਰੀਏ ਬੰਦਿਆ ਲੁਟੇਰੇ ਲੁੱਟ ਲੈਣਗੇ ਗੁਰਾਂ ਦੀ ਰਜਾ ਚ ਸਦਾਰੀਏ ਆਸਾਂ ਦੇ ਮੁਨਾਰੇ ਤੇਰੇ ਠਹਿਣਗੇ ਨਾਮ ਪਰਮਾਤਮਾ ਬੰਦਗੀ ਤੂੰ ਕੀਤੀ ਭਗਵਾਨ ਦੀ ਉਹ ਬੰਦਿਆ ਨਾ ਬੰਦਗੀ ਤੂੰ ਕੀਤੀ ਭਗਵਾਨ ਦੀ ਲਿਖੇ ਜੋਖੇ ਦੇਣੇ ਤੈਨੂੰ ਪੈਣਗੇ ਬੁਰਾ ਨਾ ਕਿਸੇ ਨੂੰ ਕਦੇ ਕਹੀਏ ਬੰਦਿਆ ਲੁਟੇਰੇ ਲੁੱਟ ਲੈਣਗੇ ਬੁਰਾ ਦੀ ਰਜਾ ਚ ਕਿਉਂਕਿ ਆਪਾਂ ਹੁਣ ਜਦੋਂ ਘਰਾਂ ਤੋਂ ਚੱਲਦੇ ਹਾਂ ਨਾ ਜੇ ਕਦੇ ਪ੍ਰਾਹੁਣਚਾਰੀ ਹੁਣ ਤੁਸੀਂ ਇੱਥੇ ਆਏ ਹੋ ਪ੍ਰਾਹੁਣਚਾਰੀ ਜਾਂਦਾ ਬੰਦਾ ਕਹਿੰਦੇ ਘਰ ਦੇ ਤਾਲੇ ਨੂੰ ਕਈ ਕਈ ਵਾਰ ਖੜਕਾ ਕੇ ਦੇਖਦੇ ਆ ਕਿਤੇ ਉਹੀ ਗੱਲ ਨਾ ਹੋਵੇ ਤਾਲਾ ਖੁੱਲ੍ਹਾ ਨਾ ਜਿਹੜੇ ਚਾਰ ਭਾਂਡੇ ਉਹ ਵੀ ਕੋਈ ਇਕੱਠੇ ਕਰਕੇ ਨਾ ਲੈ ਜਾਵੇ ਬਾਅਦ ਚ ਮਹਾਂਪੁਰਸ਼ ਕਹਿੰਦੇ ਕਹਿੰਦੇ ਭਲਿਆ ਲੋਕਾਂ ਉਹਨਾਂ ਚੌਂ ਭਾਂਡਿਆਂ ਦਾ ਤਾਂ ਤੈਨੂੰ ਫਿਕਰ ਲੱਗਾ ਆ ਪਰ ਅੱਜ ਜਿਸ ਸਰੀਰ ਦੇ ਵਿੱਚ ਬੇਅੰਤ ਮਾਲਕ ਨੇ ਇੰਨਾ ਕੀਮਤੀ ਸਮਾਨ ਭਰਿਆ ਆ ਇਹਨੂੰ ਜਿਹੜੇ ਪੰਜ ਚੋਰ ਲੁੱਟੀ ਜਾ ਰਹੇ ਆ ਕਦੇ ਇਹਦਾ ਵੀ ਫਿਕਰ ਕਰਿਆ ਕਰ ਇਹ ਚਾਰ ਭਾਂਡਿਆਂ ਦਾ ਤਾਂ ਤੈਨੂੰ ਫਿਕਰ ਲੱਗਾ ਆ ਇਹਦਾ ਵੀ ਫਿਕਰ ਕਰਿਆ ਕਰ ਪੰਜ ਚੋਰ ਬੰਦੇ ਤੈਨੂੰ ਲੁੱਟੀ ਜਾਮਦੇ ਨਰਕਾਂ ਦੇ ਕੁੰਡਾਂ ਵਿੱਚ ਲੁੱਟੀ ਜਾਮਦੇ